ਹਾਂਜੀ ਦੋਸਤੋ, ਮੈਂ ਤੁਹਾਡਾ ਅਮ੍ਰਿਤਿਮਾਨ ਤੇ ਅੱਜ ਮੈਂ ਪਹੁੰਚਿਆ ਸੋਲ ਐਗਰੀਕਲਚਰ ਵਰਕਸ ਫਰਵਾਈ ਬਰਨਾਲਾ ਪੰਜਾਬ ਦੇ ਵਿੱਚ। ਤੇ ਆਪਾਂ ਨੇ ਪਹਿਲਾਂ ਵੀ ਸੋਲ ਵਾਲਿਆਂ ਦੇ ਸਪਰੇ ਪੰਪ ਦੀ ਵੀਡੀਓ ਪਾਈ ਸੀ, ਜੋ ਇੱਕ ਛੋਟਾ ਮਾਡਲ ਸੀ ਜਾਂ ਇੱਕ ਮਾਡਲ ਜਾਂ ਨਵਾਂ ਮਾਡਲ ਤਿਆਰ ਕੀਤਾ ਸੀ ਉਸ ਟਾਈਮ, ਪਰ ਜਿਹੜਾ ਹੁਣ ਮਾਡਲ ਲੈ ਕੇ ਆਏ ਨੇ ਉਹ ਬਹੁਤ ਹੀ ਖਾਸ ਹੈ। ਤੇ ਇੱਕ ਗੱਲ ਹੋਰ ਵਿੱਚ ਦੀ ਕਹਿਣਾ ਚਾਹੁੰਦਾ ਵੀ ਜਿਹੜੇ ਸੋਲ ਵਾਲੇ ਪੰਪ ਨੇ ਉਹ ਇੰਡੀਆ ਤੋਂ ਬਗੈਰ ਕੈਨੇਡਾ, ਅਮੈਰੀਕਾ, ਹੋਰ ਫੋਰਨ ਕੰਟਰੀ ਦੇ ਵਿੱਚ ਭੇਜੇ ਜਾ ਰਹੇ ਨੇ, ਕਿਉਂਕਿ ਇਹਨਾਂ ਪੰਪਾਂ ਦੀ ਇੰਨੀ ਡਿਮਾਂਡ ਹੈ ਕਿ ਇਹ ਬਹੁਤ ਜ਼ਿਆਦਾ ਇਹਨਾਂ ਦੀ ਕਿਸਾਨ ਇਹਦੀ ਮੰਗ ਕਰ ਰਹੇ ਨੇ। ਕਿਉਂ ਮੰਗ ਕਰ ਰਹੇ ਨੇ, ਕੀ ਖਾਸ ਹੈ ਉਹ ਜਾਣਨ ਲਈ ਪਹੁੰਚੇ ਆਪਾਂ ਆਪਣੇ ਨਾਲ ਕੰਪਨੀ ਦੇ ਸੋਲ ਐਗਰੀਕਲਚਰ ਵਰਕਸ ਦੇ ਓਨਰ ਨੇ, ਉਹਨਾਂ ਨਾਲ ਗੱਲ ਕਰਾਉਣੇ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਕੀ ਹਾਲ ਹੈ ਸਰ? ਠੀਕ ਠਾਕ ਸਰ। ਤੇ ਸਰ, ਅੱਜ ਆਪਾਂ ਕਿਸਾਨ ਭਰਾਵਾਂ ਲਈ ਕੀ ਲੈ ਕੇ ਆਏ ਜੀ? ਆਪਾਂ ਬੂਮ ਸਵੇਅਰ ਪੰਪ, ਜਿੱਦਾਂ ਦੇ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਨੇਗੀਆਂ, ਉੱਦਾਂ ਦੀ ਆਈਟਮ ਲੈ ਕੇ ਆਏ ਹਾਂ। ਇਹਦੇ 'ਚ ਜਿਹੜਾ ਹੁਣ ਇਹ ਆਪਾਂ ਬੂਮ ਸਵੇਅਰ ਬਣਾਇਆ ਗਾ, ਇਹ 'ਚ ਆਪਾਂ ਥੋੜ੍ਹੇ ਜਿਹੇ ਚੇਂਜਸ ਕੀਤੀਆਂ ਨੇ, ਕੁਛ ਮੋਡੀਫਾਈ ਕੀਤਾ ਗਾ। ਕੁਛ ਆਪਾਂ ਮੰਨ ਲਓ ਇਹਦੇ 'ਚ ਪਹਿਲਾਂ ਕੀ ਸੀਗਾ, ਜਿਹੜਾ ਇਹ ਮਾਡਲ ਹੈ ਇਹਦੇ 'ਚ ਟੈਂਕ ਸਸਤਾ ਆ ਗਿਆ। ਠੀਕ ਹੈ ਜੀ। ਅਤੇ ਫਿਰ ਇਹਦੇ ਮੰਗਰ ਕੀ ਸੀਗਾ, ਪਹਿਲਾਂ ਆਪਾਂ ਮੰਨ ਲਓ ਜੇ ਰੇਹ ਸੱਟਣਾ ਸੀਗਾ ਉਹ ਰੇਹ ਆਪਾਂ ਨੂੰ ਕੱਢ ਕੇ ਪਾਉਣਾ ਪੈਂਦਾ ਸੀਗਾ, ਹੁਣ ਉਹ ਕੱਢ ਕੇ ਪਾਉਣ ਦੀ ਲੋੜ ਨਹੀਂ। ਇਹਦੇ ਵਿੱਚ ਹੀ ਆਪਾਂ ਰੇਹ ਸਪਰੇ ਇੱਕ ਵਾਰ ਛੁੰਦਾ ਕਰਤਾ ਜੀ। ਮੰਨ ਲਓ ਹੁਣ ਪਹਿਲਾਂ ਕੀ ਹੁੰਦਾ ਸੀ, ਇਸੇ ਪਿੱਛੇ 600 ਲੀਟਰ ਦਾ ਟੈਂਕ ਜਾਂ ਲੈਂਕਾ 'ਚ ਪੈਂਦਾ ਸੀ, ਉਹ ਆਪਾਂ ਇਹ 'ਚ ਹੁੱਡ 'ਚ ਟੈਂਕੀ ਦਿੱਤੀ 700 ਲੀਟਰ ਦਾ। ਠੀਕ ਹੈ ਜੀ। ਇਹਦੇ 'ਚ ਤਾਂ ਮੰਨ ਲਓ ਵੀ ਇਸ ਟਰੈਕਟਰ ਤੋਂ ਬੰਦਾ ਹੁਣ ਜੇ ਕਿਸਾਨ ਭਰਾ ਨੇ ਹੋਰ ਵੀ ਕੰਮ ਲੈਣਾ ਗਾ, ਜਿਹੜਾ ਮੰਨ ਲਓ 2 ਤੋਂ 2.5 ਲੱਖ ਦਾ ਟਰੈਕਟਰ ਜਾਂ 3 ਲੱਖ ਦਾ ਟਰੈਕਟਰ, ਉਹਨੂੰ ਇਹ ਲਵਾਉਣ ਦਾ ਬੈਨੀਫਿਟ ਇਹ ਹੋ ਜਾਂਦਾ ਵੀ ਆਪਾਂ ਟਰੈਕਟਰ ਤੋਂ ਹੋਰ ਵੀ ਕੰਮ ਲੈ ਸਕਦੇ ਹਾਂ। ਜੇ ਮੰਨ ਲਓ ਇਹਨੂੰ ਆਪਾਂ ਟਰੈਕਟਰ ਤੋਂ ਸਮਾਨ ਉਤਾਰਨਾ ਜਾਂ ਹੋਰ ਕੰਮ ਲੈਣਾ ਸਪਰੇਹਾਂ ਤੋਂ ਬਾਅਦ, ਤਾਂ ਜਿਹੜਾ ਮੂਹਰੇ ਬੂਮ ਹੈ, ਬੂਮ ਮੰਨ ਲਓ ਇਹਦਾ ਸਿਰਫ ਤੋਂ ਸਿਰਫ ਅੱਧੇ ਘੰਟੇ ਦਾ ਕੰਮ ਹੈ। ਅੱਧੇ ਘੰਟੇ 'ਚ ਬੂਮ ਲੈ ਲੈਣਾ, 2 ਘੰਟਿਆਂ 'ਚ ਮੰਨ ਲਓ ਬੰਦਾ ਟਾਇਰ ਲਾ ਦੇਣਾ ਇਹਦੇ। ਮੰਨ ਲਓ ਫਿਰ ਟਰੈਕਟਰ ਸੈਂਪਲ ਦਾ, ਸੈਂਪਲ ਟਰੈਕਟਰ ਕੰਮ ਲੈਣ ਲਈ ਵਰਤਿਆ ਜਾਂਦਾ। ਅਤੇ ਸਰ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਕਿੰਨੇ ਸਮੇਂ ਦੇ ਵਿੱਚ, ਕਿ ਏਕੜ ਦੇ ਹਿਸਾਬ ਨਾਲ ਵੀ ਕਿੰਨੇ ਸਮੇਂ ਦੇ ਵਿੱਚ ਕਿਸਾਨ ਭਰਾ ਇਸ ਪੰਪ ਦੇ ਨਾਲ ਸਪਰੇਅ ਕਰ ਸਕਦਾ, ਅਤੇ ਕਿੰਨੇ ਆਦਮੀਆਂ ਦੀ ਲੋੜ ਪੈਂਦੀ ਹੈ, ਅਤੇ ਕਿੰਨਾ ਡੀਜ਼ਲ ਲੱਗਦਾ ਇਹਦੇ ਵਾਲਿਆਂ ਕਰਦੇ? ਇਹ ਤਾਂ ਜਿਹੜਾ ਇੱਕ ਏਕੜ 'ਚ ਮੰਨ ਲਓ 4 ਕਿੱਲੇ ਆਉਣੇ, ਇਹਦੇ 50 ਫੁੱਟ ਏਰੀਆ ਕਵਰ ਕਰਦਾ ਗਾ, ਅਤੇ ਮੰਨ ਲਓ 7 ਤੋਂ 8 ਮਿੰਟਾਂ 'ਚ ਕਿੱਲਾ ਸਪਰੇਅ ਕਰਦਾ। ਠੀਕ ਹੈ ਜੀ। ਮੰਨ ਲਓ ਸ਼ਾਮ ਤੱਕ ਜੇ ਬੰਦਾ ਸਪਰੇਅ ਇਹਦੇ 'ਤੇ ਕਰਦਾ ਗਾ ਤਾਂ ਮੌਜ ਨਾਲ 45 ਤੋਂ 50 ਕਿੱਲੇ ਸਪਰੇਅ ਹੋ ਜਾਂਦੇ ਇਹਦੇ ਨਾਲ। 45 ਤੋਂ 50 ਕਿੱਲੇ ਸਪਰੇਅ ਹੋ ਜਾਂਦੇ ਜੀ। ਲੇਬਰ ਦਾ ਕੋਈ ਕੰਮ ਨਹੀਂ ਹੈਗਾ, ਬੰਦੇ ਨੇ ਸਾਰਾ ਕੰਟਰੋਲ ਡਰਾਈਵਰ ਦੇ ਕੋਲ ਹੈ। ਠੀਕ ਹੈ ਜੀ। ਬੰਦੇ ਨੂੰ ਥੱਲੇ ਉਤਰਨ ਦੀ ਲੋੜ ਨਹੀਂ ਹੈ। ਠੀਕ ਹੈ ਜੀ। ਅਤੇ ਡੀਜ਼ਲ ਦੀ ਬਾਰੇ ਦੱਸੋ ਜੀ, ਕਿੰਨੇ ਖਪਤ ਹੋ ਗਏ? ਡੀਜ਼ਲ ਦੀ ਇਹ ਤਾਂ ਖਪਤ ਆਮ ਬਹੁਤ ਹੀ ਘੱਟ ਹੈ, ਜਿਵੇਂ ਵੀ ਕਿੱਲੇ ਦੇ ਹਿਸਾਬ ਨਾਲ ਬਹੁਤ ਘੱਟ ਖਰਚਾ ਪਾਉਂਦਾ ਜੀ ਇਹ, ਤਾਂ ਕਿਉਂ ਬੰਦ ਰੇਸ 'ਤੇ ਟਰੈਕਟਰ ਨੇ ਚੱਲਣਾ ਜੀ, ਕੋਈ ਤਾਂ ਜ਼ਿਆਦਾ ਜ਼ੋਰ ਨਹੀਂ ਹੈ। ਠੀਕ ਹੈ ਜੀ। ਹਾਂਜੀ। ਅਤੇ ਮੈਂ ਇੱਕ ਚੀਜ਼ ਦੇਖ ਰਹੀ ਸੀ ਜਿਹੜਾ ਪਹਿਲਾਂ ਆਪਣਾ ਪੰਪ ਦਾ ਰਿਵਿਊ ਕੀਤਾ ਸੀ, ਟਾਇਰ ਬਹੁਤ ਛੋਟੇ ਸੀ, ਅਸੀਂ ਮੰਨ ਲਓ ਉਹਦੇ ਨਾਲੋਂ ਇਹਦੀ ਜ਼ਿਆਦਾ ਜੀ, ਇਹਦੇ ਥੋੜ੍ਹੇ ਆਪਾਂ ਵੱਡੇ ਟਾਇਰ ਪਵਾਏ ਕਸਮਤ ਨੇ ਜੀ। ਠੀਕ ਹੈ ਜੀ। ਉਹ ਇਹਦੇ 'ਚ ਆਪਣੇ 2 ਸਾਈਜ਼ ਹੁੰਦੇ, ਜਿਵੇਂ ਇਹਦੇ ਹੁਣ 21-16 ਦੇ ਟਾਇਰ ਪਏ ਹੋਏ ਨੇ, ਦੂਸਰੇ ਟਰੈਕਟਰ ਦੇ ਨਾਲ ਉਹਨਾਂ ਦੇ 13-18 ਟਾਇਰ ਪਏ ਹੋਏ ਨੇ ਜੀ। ਠੀਕ ਹੈ। ਇਹਨਾਂ ਨਾਲ ਥੋੜ੍ਹੀ ਜਿਹੀ ਗਰਾਊਂਡ ਕਲੀਅਰੈਂਸ ਜ਼ਿਆਦਾ ਹੋ ਜਾਂਦੀ ਹੈ ਜੀ। ਠੀਕ ਹੈ। ਅਤੇ ਇੱਕ ਪਿੱਛੇ ਇਹ ਕੀ ਦਿੱਤਾ ਸੀ? ਇਹ ਆਪਾਂ ਯੂਰੀਏ ਵਕਤ ਸਪੈਕਟਰ, ਇਹਦੀ ਵੀ ਸਾਰੀ ਸੈਟਿੰਗ ਮੰਨ ਲਓ ਆਪਾਂ ਜਦੋਂ ਇਹਨੂੰ ਚਲਾਉਣਾ ਗਾ ਇਹਦੀ ਸੈਟਿੰਗ ਥੱਲਿਓਂ ਹੋ ਜਾਣੀ ਹੈ, ਆਪਾਂ ਕਿੱਲੇ 'ਚ ਅੱਧਾ ਗੱਟਾ ਪਾਉਣਾ, ਇੱਕ ਗੱਟਾ ਪਾਉਣਾ, 2 ਗੱਟੇ ਪਾਉਣੇ, 1.5 ਪਾਉਣਾ, ਮੰਨ ਲਓ ਇਹਦੀ ਸੈਟਿੰਗ ਇੱਥੋਂ ਬੰਨੀ ਜਾਣੀ ਹੈ, ਲੀਵਰ ਇਹਦੇ ਕੰਟਰੋਲ ਸਾਰਾ ਡਰਾਈਵਰ ਦੇ ਕੋਲ ਹੈ ਜੀ। ਠੀਕ ਹੈ ਜੀ। ਹਾਂਜੀ। ਇਹਦੇ 'ਚ ਇਹ ਚੀਜ਼ ਆਪਾਂ ਬਿਲਕੁਲ ਹੀ ਕੱਢਤੀ, ਪਹਿਲਾਂ ਤਾਂ ਇਹਦਾ ਇਹਦੀ ਕਿਸਾਨਾਂ ਨੂੰ ਦਿੱਕਤ ਆਉਂਦੀ ਸੀ ਵੀ ਆਪਾਂ ਨੂੰ ਸਪੈਡਰ ਕੱਢ ਕੇ ਪਾਉਣਾ ਪੈਂਦਾ ਸੀਗਾ। ਹਾਂਜੀ ਹਾਂ। ਅਤੇ ਹੁਣ ਮੰਨ ਲਓ ਇੱਕੇ ਸਾਰ ਆਪਾਂ ਦੋਨੋਂ ਕੰਮ ਹੁੰਦੇ ਕਰਤੇ ਜੀ, ਬੰਦੇ ਨੇ ਮੰਨ ਲਓ ਸਪਰੇਅ ਕਰਨੀ ਹੈ, ਮੰਗ ਦੀ ਮੰਗ ਰੇਹ ਪਾਉਣਾ, 55 ਫੁੱਟ ਏਰੀਏ ਨੇ ਰੇਹ ਨੇ ਲੈ ਕੇ ਜਾਣਾ, ਨਾਲੇ ਸਪਰੇਅ ਹੋਈ ਜਾਊ ਨਾਲੇ ਜੀ ਰੇਹ ਪਈ ਜਾਊ ਦੋਨੋਂ ਕੰਮ। ਹਾਂਜੀ, ਦੋਨੋਂ ਕੰਮ ਹੋਣਗੇ, ਮੰਗ ਦੀ ਮੰਗ ਰੇਹ ਪਈ ਜਾਣਾ। ਠੀਕ ਹੈ ਜੀ। ਹਾਂਜੀ। ਅਤੇ ਇੱਕ ਆਪਣਾ ਮਾਡਲ ਇਹ ਖੜਿਆ ਜੀ। ਹਾਂਜੀ। ਅਤੇ ਇਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਥੋੜ੍ਹੀ ਜੀ। ਇਹ ਮਾਡਲ ਮੰਨ ਲਓ ਆਪਣਾ ਇਹਦਾ ਟੈਂਕ ਆ ਜਿਹੜਾ ਆਪਾਂ ਮਗਰਾਟਾਂ ਦੇ ਸੀਟਾਂ ਦੇ ਸੀਟ ਦੇ ਵਿੱਚ ਦਿੱਤਾ ਹੈਗਾ, ਅਤੇ ਇਹ 800 ਲੀਟਰ ਦਾ ਟੈਂਕ ਹੈਗਾ। ਠੀਕ ਹੈ ਜੀ। ਅਤੇ ਉਹੀ ਸੇਮ ਚੀਜ਼ ਹੈ, ਉਵੇਂ ਸਪੈਡਰ ਦੇ ਨਾਲ ਅਟੈਚਮੈਂਟ ਹੈਗੀ, ਇੱਕ ਸਾਰ ਕੰਮ ਕਰਦਾ ਹੈਗਾ, ਅਤੇ ਉਹੀ ਡਰਾਈਵਰ ਦੇ ਕੰਟਰੋਲ ਸਾਰਾ ਇਹਦੇ ਕੋਲ ਹੈਗਾ। ਅਤੇ 'ਚ ਕੀ ਹੈ ਨਾ ਜੀ, ਜਦੋਂ ਕਈ ਵਾਰੀ ਜ਼ਿਮੀਦਾਰ ਸਪਰੇਅ ਕਰਦਾ ਹੈਗਾ ਉਹਨਾਂ ਨੂੰ ਕੋਈ ਦਿੱਕਤ ਆ ਜੇ ਜਾਂ ਕੋਈ ਵਾਹਣ 'ਚ ਥੱਲੇ ਉਤਰਨ ਦੀ ਕੋਈ ਜ਼ਰੂਰਤ ਨਹੀਂ ਹੈ, ਜਿੱਦਾਂ ਕੋਈ ਆਪਣੇ ਕੋਲ ਜਾਂ ਕੋਈ ਦਰਖਤ ਆ ਗਿਆ, ਖੰਭਾ ਆ ਗਿਆ, ਤਾਂ ਲੈਫਟ ਰਾਈਟ ਸਾਈਡ ਆਪਾਂ ਇੱਥੋਂ ਬੰਦ ਆਨ ਆਫ ਕਰ ਸਕਦੇ ਹਾਂ ਜੀ। ਕੋਈ ਆਪਾਂ ਇਕੱਠਾ ਕਰਨਾ ਹੈਗਾ ਇੱਥੋਂ ਇਕੱਠਾ ਕਰ ਲਓ, ਇੱਕ ਸਾਈਡ ਬੰਦ ਇਕੱਠੀ ਕਰ ਲਓ, ਜਿੱਦਾਂ ਕੋਈ ਹੁਣ ਬੂਮ ਆਪਾਂ ਬੰਦ ਕਰਨਾ, ਇੱਕ ਸਾਈਡ ਸਪਰੇਅ ਬਣ ਲਾ, ਮੰਨ ਲਓ ਵੀ ਆਪਣੇ ਨਾਲ ਦੇ ਵਾਹਨ 'ਚ ਕਾ ਹੋ ਰਹੀ ਹੈ, ਤਾਂ ਇਹਦੇ ਕੰਟਰੋਲ ਆ ਗਿਆ ਜੀ। ਠੀਕ ਹੈ ਜੀ। ਇੱਥੋਂ ਮੰਨ ਲਓ ਸਾਰਾ ਕੰਟਰੋਲ ਬੂਮ ਦਾ ਹੋਣਾ, ਜਿੱਦਾਂ ਕੋਈ ਇੱਕ ਸਾਈਡ ਆਪਾਂ ਬੰਦ ਕਰਨੀ ਹੈ ਇੱਥੋਂ ਬੰਦ ਕਰ ਦਿਓ। ਠੀਕ ਹੈ ਜੀ। ਦੂਸਰੀ ਕਰਨੀ ਇੱਧਰੋਂ ਕਰ ਦਿਓ, ਸੈਂਟਰ 'ਚੋਂ ਕਰ ਦਿਓ, ਕਈ ਵਾਰੀ ਕੋਈ ਐਮਰਜੈਂਸੀ ਪੈ ਗਈ ਕਿ ਆਪਾਂ ਮੰਨ ਲਓ ਵੀ ਸਾਰਾ ਆਪਾਂ ਨਿਯੋਜਨਾ ਬੰਦ ਹੀ ਕਰਨੀ ਨੇ ਜਾਂ ਮੂਹਰੇ ਕੋਲ ਲੱਗ ਗਿਆ, ਤਾਂ ਇਸ ਨੂੰ ਵਾਪਸੀ ਕਰ ਦਿਓ। ਹੁਣ ਜਿੰਨਾ ਪਾਣੀ ਹੈ ਸਾਰਾ ਕੋਈ ਪੰਪ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ, ਪੰਪ ਚੱਲੀ ਜਾਣ ਦੇਣਾ, ਅਤੇ ਇਹ
ਇੱਥੋਂ ਪ੍ਰੈਸ਼ਰ ਆ ਗਿਆ ਤਾਂ ਜੇ ਕਈ ਵਾਰੀ ਹੁਣ ਆਪਾਂ ਕਿੱਲੇ 'ਚ ਵਾਹਣ, ਮੰਨ ਲਓ ਕਿੱਲੇ 'ਚ 100 ਲੀਟਰ ਪਾਉਣਾ, 150 ਪਾਉਣਾ ਜਾਂ 200 ਲੀਟਰ ਪਾਣੀ ਪਾਉਣਾ, ਤਾਂ ਇੱਥੋਂ ਇਹਦਾ ਪ੍ਰੈਸ਼ਰ ਵਧਾਉਣਾ ਘਟਾਉਣਾ ਇੱਥੋਂ ਪਾਣੀ ਦੀ ਅਡਜਸਟਮੈਂਟ ਹੋ ਜਾਣੀ। ਠੀਕ ਹੈ ਜੀ, ਠੀਕ ਹੈ। ਉਸ ਤੋਂ ਬਾਅਦ ਇੱਧਰ ਆ ਗਿਆ ਆਪਣਾ ਮੰਗਰੋ ਰੇਹ ਸੱਟਣ ਵਾਲੇ ਦਾ ਜੀ। ਠੀਕ ਹੈ ਜੀ, ਇੱਥੋਂ ਮੰਨ ਲਓ ਜਦੋਂ ਹੁਣ ਆਪਾਂ ਨਾਲ ਦੀ ਨਾਲ ਰੇਹ ਸੱਟਣਾ ਤਾਂ ਇਹਨੂੰ ਮੰਗਰੋਂ ਸਪੈਡਰ ਆਉਣ ਹੋ ਗਿਆ ਜੀ। ਠੀਕ ਹੈ ਜੀ, ਇੱਥੋਂ ਮੰਨ ਲਓ ਆਪਣਾ ਰੇਹ ਆਉਣ ਹੋ ਗਿਆ ਜੀ। ਠੀਕ ਹੈ ਜੀ, ਇਹ ਤੋਂ ਆਪਣਾ ਮੰਨ ਲਓ ਇਹ ਆਉਣ ਕਰਿਆ ਪਿਆ ਸੀ, ਬਸ ਇੱਥੋਂ ਇਹਦਾ ਰੇਹ ਆਉਣ ਹੋ ਜਾਣੀ। ਠੀਕ ਹੈ ਜੀ, ਮੰਗਰੋਂ ਮੰਨ ਲਓ ਆਪਣੀ ਇਹ ਸੈਟਿੰਗ ਹੋ ਜਾਣੀ ਆ ਵੀ ਆਪਾਂ ਕਿੱਲੇ ਦਾ ਅੱਜ ਮੰਨ ਲਓ ਇੱਕ ਗੱਟਾ ਪਾਉਣਾ, ਡੇਢ ਪਾਉਣਾ, ਦੋ ਪਾਉਣੇ ਨੇ, ਉਹ ਸੈਟਿੰਗ ਪਿੱਛੋਂ ਇਹ ਲੀਵਰ ਤੋਂ ਆਪਣਾ ਆਉਣ ਹੋ ਗਿਆ ਪਿੱਛੇ ਸਪੈਡਰੀ। ਇਹ ਕਿੰਨਾ ਫੁੱਟ ਏਰੀਆ ਕਵਰ ਕਰਦਾ ਜੀ? ਇਹ ਵੀ 55 ਫੁੱਟ ਏਰੀਆ ਕਵਰ ਕਰਨਾ ਨੇ। ਠੀਕ ਹੈ ਜੀ, ਅਤੇ ਇਹਦੇ ਜਿਹੜੇ ਟਾਇਰ ਨੇ ਜਾਣ ਨੂੰ ਮੰਨ ਲਓ ਇਹਦੇ ਟਾਇਰ 13-18 ਟਾਇਰ ਲੱਗੇ ਹੋਏ ਨੇ। ਠੀਕ ਹੈ ਜੀ, ਹਾਂਜੀ, ਇਹਦੇ 'ਚ ਉਹਦੇ ਨਾਲ ਇਹ ਫਰਕ ਰਹਿ ਜਾਂਦਾ ਜਿੱਦਾਂ ਕਿ ਆਪਾਂ ਟਰੈਕਟਰ ਹੁੰਦਾ ਆਪਣੇ ਕੋਲ, ਜੇ ਕੋਈ ਮਹਿੰਗਾ ਟਰੈਕਟਰ ਹੁੰਦਾ ਹੈਗਾ ਮਹਿੰਗੇ ਨਾਲੋਂ, ਜੇ ਹੁਣ ਇਹ ਟਰੈਕਟਰ ਹੈ ਜਿੱਦਾਂ ਕੋਈ ਮੰਨ ਲਓ ਆਪਾਂ 1.5 ਲੱਖ ਦਾ 1.25 ਲੱਖ ਦਾ ਕੋਈ ਟਰੈਕਟਰ ਲੈ ਲਿਆ, ਇਹਦੇ ਨਾਲ ਮੰਨ ਲਓ ਆਪਾਂ ਇਹਦੇ 'ਤੇ ਟੈਂਕੀ, ਸੀਟ 'ਚ ਟੈਂਕੀ ਦੇ ਦਿੰਦੇ ਹਾਂ ਜੀ। ਠੀਕ ਹੈ ਜੀ, ਇਹ ਟਰੈਕਟਰ ਇਕੱਲਾ ਸਪੈਸ਼ਲ ਸਪਰੇ ਲਈ ਰਹਿ ਗਿਆ। ਠੀਕ ਹੈ ਸਰ, ਮੰਨ ਲਓ ਇਹਦੇ ਤਾਂ ਆਪਾਂ ਨੂੰ ਕੁਛ ਖੋਲਣ ਦੀ ਲੋੜ ਨਹੀਂ, ਇਹ ਆਪਣਾ ਇੱਕ ਤਰ੍ਹਾਂ ਦਾ ਸਪੈਸ਼ਲ ਸਪਰੇ ਵਾਲਾ ਬਣ ਗਿਆ ਜੀ। ਜਿਹੜਾ ਇਹ ਮਾਡਲ ਹੈਗਾ ਆਪਣਾ, ਇਹ ਤੋਂ ਆਪਾਂ ਜਦੋਂ ਕਈ ਵਾਰੀ ਆਪਣੇ ਕੋਲ ਟਰੈਕਟਰ ਸਿੰਗਲ ਕੋਲ ਟਰੈਕਟਰ ਇੱਕ ਆ ਜਾਂ ਦੋ ਹੀ ਨੇ, ਉਹ ਤੋਂ ਆਪਾਂ ਹੋਰ ਵੀ ਕੰਮ ਲੈਂਦੇ ਹਾਂ, ਉਹਦੇ ਲਈ ਉਹ ਬੈਨੀਫਿਟ ਆ ਜੀ। ਠੀਕ ਹੈ ਸਰ, ਜਿਹਦੇ ਕੋਲ ਟਰੈਕਟਰ ਜਿਹਨੇ ਆਪਾਂ ਨੂੰ ਮੰਨ ਲਓ ਵੀ ਆਪਣਾ ਕਿਸੇ ਭਰਾ ਨੇ ਟਰੈਕਟਰ ਲੈਣਾ ਗਾ, ਤਾਂ ਮੈਂ 1-1.5 ਲੱਖ ਦਾ ਕੋਈ ਨੋਰਮਲ ਜਿਹਾ ਟਰੈਕਟਰ ਲੈ ਕੇ 2-wheel ਟਰੈਕਟਰ ਲਓ, ਇਹਦੇ 'ਚ ਇਹ ਆਪਸ਼ਨ ਨਹੀਂ ਆ ਵੀ 4x4 ਚਾਹੀਦਾ ਆਪਾਂ ਨੂੰ, 2-wheel ਟਰੈਕਟਰ ਲਓ ਕੋਈ ਚੱਕਰ ਨਹੀਂ, ਇਹਨੂੰ ਮੰਨ ਲਓ ਇਹਦੇ 'ਤੇ ਆਪਾਂ ਸੀਟ ਲਾ ਕੇ ਵਿੱਚ ਸੀਟ ਟਿਕ ਜਾਂਦੀ ਇਹਦੀ, 800 ਲੀਟਰ ਦਾ ਟੈਂਕ ਹੈ ਜੀ। ਸਰ ਜੋ ਕਿਸਾਨ ਦਰਸ਼ਕ ਦੇਖ ਰਹੇ ਨੇ, ਮੈਂ ਚਾਹੁੰਦਾ ਵੀਡੀਓ ਲੰਬੀ ਨਾ ਬਣੇ, ਆਪਾਂ ਕਿਵੇਂ ਲੈ ਸਕਦੇ ਹਾਂ ਤੁਹਾਡੇ ਲਈ ਜੀ ਇਹ? ਬਸ ਆਪਣੇ ਨਾਲ ਵਿਜਿਟ ਕਰ ਸਕਦੇ ਹਾਂ ਆਪਣੇ ਕੋਲ। ਠੀਕ ਹੈ ਜੀ, ਅਤੇ ਕਿੱਥੇ ਆ ਕੇ ਲੈ ਸਕਦੇ ਨੇ? ਆਪਾਂ ਨੂੰ ਬਰਨਾਲਾ ਜ਼ਿਲ੍ਹਾ ਆਪਣਾ ਬਰਨਾਲਾ ਪੈਂਦਾ। ਠੀਕ ਹੈ, 16 ਫਰਵਾਹੀ ਅਗਲੀ ਘਰ ਚਲੋ ਫਰਵਾਹੀ। ਠੀਕ ਹੈ ਜੀ, ਹਾਂਜੀ, ਧੰਨਵਾਦ। ਹਾਂਜੀ, ਤੁਸੀਂ ਸਾਨੂੰ ਅਤੇ ਸਾਡੇ ਕਿਸਾਨ ਭਰਾਵਾਂ ਨੂੰ ਨਿਵੇਦਨ ਕਰਤੀ। ਕਿਸਾਨ ਵੀਰੋ, ਜੇ ਤੁਸੀਂ ਵੀ ਸੋਲ ਐਗਰੀਕਲਚਰ ਵਰਕ ਸਫਰਵਾਹੀ ਵਾਲਿਆਂ ਦਾ ਸਪਰੇ ਪੱਲਣਾ ਚਾਹੁੰਦੇ ਹੋ, ਅਤੇ ਇੱਕ ਮੈਂ ਖੂਬੀ ਹੋਰ ਦੱਸਣਾ ਚਾਹੁੰਦਾ ਵੀ ਇਸ ਪੰਪ 'ਤੇ ਡੀਜ਼ਲ ਦੀ, ਮੈਨ ਦੀ, ਆਦਮੀਆਂ ਦੀ ਪਾਵਰ ਅਤੇ ਸਮੇਂ ਦੀ ਬੱਚਤ ਹੋਣ ਵਾਲੀ ਹੈ, ਅਤੇ ਬਹੁਤ ਘੱਟ ਸਮੇਂ 'ਚ ਆਪਾਂ ਏਕੜ 'ਤੇ, ਇੱਕ ਏਕੜ 'ਚ ਜਿੱਦਾਂ ਸਰ ਨੇ ਕਿਹਾ ਵੀ ਇੱਕ ਏਕੜ 'ਤੇ ਲਗਭਗ 5 ਜਾਂ 6 ਮਿੰਟ 7 ਮਿੰਟ ਹੱਦ ਤੁਸੀਂ ਸਪਰੇ ਕਰ ਸਕਦੇ ਹੋ, ਅਤੇ ਇੱਕ ਦਿਨ 'ਚ 50 ਤੋਂ 55 ਕਿੱਲੇ ਦੇ ਸਪਰੇ ਕਰ ਸਕਦੇ ਹਾਂ। ਅਤੇ ਦੋਸਤੋ, ਸੋਲ ਵਾਲੇ ਦੇ ਨੰਬਰ ਜਿਹੜੇ ਵੀਡੀਓ ਦੇ ਮਿਲ ਰਹੇ ਨੇ ਤੁਹਾਨੂੰ ਸਕਰੀਨ 'ਤੇ ਮਿਲ ਜਾਣਗੇ, ਵੀਡੀਓ ਨੀਚੇ ਮਿਲ ਜਾਣਗੇ, ਇਹਨਾਂ ਗੱਲ ਕਰਕੇ ਸਪਰੇਆਂ ਦੀ ਬੁਕਿੰਗ ਕਰਵਾ ਸਕਦੇ ਹੋ। ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ ਜੀ।